ਅੱਬਾ ਜੀ ਹਾਂ ਜੀ ਇਹ ਸਾਇਮਾ ਤੇ ਉਹਦੀ ਛੋਟੀ ਭੈਣ ਹਾਂ ਜੀ ਇਹ 10 ਸੂਟ ਸਵਾ ਕੇ ਲੈ ਗਈਆਂ ਨੇ ਇੱਕ ਰੁਪਈਆ ਨਹੀਂ ਦਿੱਤਾ ਉਹਨਾਂ ਨੇ ਯਾਰ ਚੰਗੀ ਭਲੀ ਫੈਮਿਲੀ ਦੀਆਂ ਖਤੂਨਾਂ ਨੇ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਇਹ ਇਧਰ ਕਰੇ ਨਾ ਜਰਾ ਮੈਨੂੰ ਤੁਸੀਂ ਮੈਨੂੰ ਕਹਿੰਦੇ ਹੋ ਨਾਲੇ ਧਾਰ ਨਾ ਦਿਆ ਕਰ ਧਾਰ ਦੇ ਦਿਆ ਕਰ ਮੈਨੂੰ ਤੁਹਾਡੀ ਸਮਝ ਨਹੀਂ ਆਈ ਨਹੀਂ 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 ਜਿਹੜੇ ਕਲੀਅਰ ਲੋਕ ਚੱਲਦੇ ਨੇ ਉਹਨਾਂ ਦਾ ਧਾਰ ਚੱਲਣਾ ਚਾਹੀਦਾ ਅੱਛਾ ਤੇ ਜਿਹੜੀ ਧਾਰ ਦਿੰਦੀਆਂ ਨੇ ਉਹ ਤਾਂ ਸਾਡੀ ਫੈਮਿਲੀ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਇਹ ਦੇਖੋ ਤੁਸੀਂ ਇਹ ਦੇਖੋ ਅੱਬਾ ਜੀ ਹਾਂਜੀ ਇਹ ਧਾਰ ਜਿਹੜਾ ਅਸੀਂ ਦਿੱਤਾ ਹੈ ਨਾ ਇਹ ਕਿਸੇ ਤਰੀਕੇ ਨਾਲ ਕੋਈ ਕਢਵਾਓ ਕੋਈ ਅਕਲ ਦੀ ਸੂਈ ਚਲਾਓ ਉਹ ਠਹਿਰ ਜਾ ਦੇਸੀ ਗੋਗਲੂ ਠਹਿਰ ਜਾ ਬਸ कर इन्हां दी मैं इहो ही सुई घुमावांगा कि याद रखनी है अस्सलाम वालेकुम कार वालेकुम सलाम कैसे हैं आप बिल्कुल मैं तो बिल्कुल ठीक ठाक हूं तुसी सुनाओ ठीक शुक्र अल्लाह का मेरे ड्रेस तैयार हो गया कि ओ ड्रेस ते जी कदों दे तैयार ने अपना पुत्र जी जी ओ जेडी असी ईद दे उत्ते कुरानदाजी कर रहे हां हां जी कुरानदाजी ओना नु असी एक एक सूट ते कार दी कुरानदाजी ਨਾਲ ਉਮਰੇ ਦਾ ਟਿਕਟ ਦੇ ਰਹੇ ਆ ਇਹ ਤੇ ਅੱਬਾ ਜੀ ਉਹਨਾਂ ਨੂੰ ਦੇ ਰਹੇ ਆ ਨਾ ਜਿਹੜੇ ਕਲੀਅਰ ਨੇ ਸਾਨੂੰ ਬਿਲਕੁਲ ਉਹਨਾਂ ਨੂੰ ਹੀ ਦੇਣੇ ਨੇ ਸਾਡਾ ਹੱਕ ਵੀ ਉਹਨਾਂ ਨੂੰ ਪੈਂਦਾ ਹਾਂਜੀ 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 ਇਹ ਇਦੋਂ ਤੇ ਅਸੀਂ ਕੁਰਾਨਦਾਜ਼ੀ ਕਰ ਰਹੇ ਆ ਅਸੀਂ ਕਾਰ ਵੀ ਦੇ ਰਹੇ ਆ ਨਾਲ ਉਮਰੇ ਦੇ ਟਿਕਟ ਵੀ ਦੇ ਰਹੇ ਆ ਹਮਾਰਾ ਨਾਮ ਵੀ ਸ਼ਾਮਿਲ ਕਰੇ ਨਾ ਤੁਹਾਡਾ شمار ਕਰ ਲਾਂਗੇ ਬੇਟਾ ਜੀ ਗੱਲ ਇਹ ਕਿ ਅਸੀਂ ਨਾ ਉਹਨਾਂ ਦਾ شمار ਵਿੱਚ ਕਰਨ ਦੇ ਆ ਜਿਨ੍ਹਾਂ ਦਾ ਪਿਛਲਾ ਬਕਾਇਆ ਹਿਸਾਬ ਤਾਂ ਬਿਲਕੁਲ ਕਲੀਅਰ ਹੈ ਹਾਂਜੀ ਅਗਰ ਤੁਸੀਂ ਇੱਥੇ ਸ਼ਾਮਲ ਹੋਣਾ ਚਾਹੁੰਦੇ ਜੇ ਤੇ ਆਪਣਾ ਹਿਸਾਬ ਤੇ ਬਾਤ ਕਰ ਦਿਓ ਛੋਟੀ ਪੈਸੇ ਤੇ ਦੇਣੇ ਹੀ ਦੇਣੇ ਨੇ ਨਾ ਹੋ ਸਕਦਾ ਸਾਡੀ ਗੱਡੀ ਨਿਕਲ ਆਵੇ ਹਾਂ ਬਾਜੀ ਆ ਵੀ ਗੱਲ ਤੇ ਪੈਸੇ ਦੇ ਦਿੰਨੇ ਆ ਤਾਂ ਕਿ ਸਾਡੀ ਗੱਡੀ ਨਿਕਲੇਗੀ ਅਰੇ ਵਾਹ ਅੰਕਲ ਇਸ ਵਿੱਚ ਫਿਰ ਹਮਾਰਾ ਨਾਮ ਵੀ ਲਿਖੇ ਇਹਨਾਂ ਲਈ ਨਾ 10 ਸੂਟ ਨੇ ਇਹਨਾਂ ਨੇ ਸਵਾਏ ਸਾਡੇ ਕੋਲੋਂ ਅੱਛਾ ਤੇ ਇਹਨਾਂ ਲਈ 15000 ਰੁਪਿਆ ਬਣਦਾ ਹੈ ਫਿਰ ਇਹਨਾਂ ਦਾ ਨਾਮ ਕੁਰੰਦਾਜ਼ੀ ਚ ਪੈ ਸਕਦਾ ਹੈ ਬੇਟਾ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਹਾਂਜੀ ये ले अंकल ए लो जी हुन ਤੁਹਾਡਾ ਨਾਮ ਪੈ ਗਿਆ ਲੋ ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ ਬਿਸਮਿਲ੍ਲਾ ਇਹ 16ਵਾਂ 17ਵਾਂ ਕਸਟਮਰ ਹੈ ਅੱਛਾ ਇਹ ਸਾਰੇ ਕਲੀਅਰ ਨੇ ਦੇਖੋ ਅੱਲਾ ਕਿਨੂੰ ਇੱਜ਼ਤ ਦਿੰਦਾ ਹਾਂਜੀ ਇਹ ਯਕੀਨ ਹੈ ਸਾਡੀ ਗੱਡੀ ਨਿਕਲਣੀ ਹੈ ਇਨਸ਼ਾਅੱਲਾ ਇਨਸ਼ਾਅੱਲਾ ਤੁਹਾਡੇ ਲਈ ਬੋਤਲ ਮੰਗਾਈ ਹੈ ਅਗਰ ਨਹੀਂ ਨਹੀਂ ਜਿਹੜਾ ਸੂਟ ਸੇਲ ਗਿਆ ਨਾ ਬਸ ਉਹ ਹੀ ਦੇ ਦੋ ਨਹੀਂ ਭਲੇ ਅਗਰ ਖਾਣਾ ਚਾਹੋਗੇ ਨਹੀਂ ਅੰਕਲ ਜੀ ਫੜ ਗੱਡੀ ਨਿਕਲੇਗੀ ਤੇ ਖਾਣਾ ਚੱਲ ਗੋਲ ਕੱਪਾ ਜਿਆ ਨਾ ਹੋਏ ਤੇ ਜਿੱਦਾਂ ਕੱਖ ਨਾ ਰਵੇ ਜਿਹੜਾ ਗੱਡੀ ਉਗਾਏ ਤੰਗ ਲੀੜੇ ਬਸ ਪੁੱਤਰ ਚਲੀਆਂ ਗਈਆਂ ਨੇ ਗਾਣਾ ਬੰਦ ਕਰ ਅੱਬਾ ਜੀ ਪੈਸੇ ਦੇ ਦੋ ਓਏ ਠਹਿਰੋ ਮੇਰੇ ਕੋਲ ਤਾਂ ਪੈਸੇ ਨਹੀਂ ਇਹਨਾਂ ਦੇ ਸਹੀ ਪੂਰੇ ਨੇ ਯਾਰ 1 2 ਠੁੱਕ ਲਾ ਲੋ 11 12 13 14 15 ਕੈਸਾ ਮੈਂ ਕਹਿੰਦਾ ਅੱਬਾ ਜੀ ਮੰਨ ਗਿਆ ਤੁਹਾਨੂੰ ਮੰਨ ਗਿਆ ਜੀ ਪੀ